ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ, ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ, ਔਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ। ਮੈਂ ਤੁਹਾਡੇ ਮਾਧਿਅਮ ਨੂੰ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ 25 to 30 ਜਾਂ 35 ਲੋਕ ਆ ਜਿਹੜੇ ਸਾਨੂੰ ਇਹ ਜਿਹੀ ਵੀਡੀਓ ਸੈਂਡ ਕਰਦੇ ਆ। ਪਲੀਜ਼ ਇਹ ਜਿਹੇ ਕੰਮ ਨਾ ਕਰੋ। ਇੱਕ ਵਾਰ ਫਿਰ ਤੋਂ ਇੱਕ ਧਾਕੜ PCR ਇੰਚਾਰਜ ਨੂੰ ਸਟੰਟ ਬਾਜ਼ ਟੱਕਰੇ ਨੇ, ਜੋ ਹੱਥੇ ਚੜੇ ਨੇ ਤੇ ਜਿਨ੍ਹਾਂ ਨੂੰ ਸਬਕ ਵੀ ਸਿਖਾਇਆ ਗਿਆ। ਦਰਅਸਲ ਇਹ ਮੁੰਡੇ ਬਾਈਕ ਦੇ ਉੱਤੇ ਸਟੰਟ ਕਰ ਰਹੇ ਸਨ, ਉਹ ਵੀ ਚੱਲਦੀ ਹੋਈ ਰੋਡ ਤੇ, ਜਿੱਥੇ ਨਾ ਤਾਂ ਅੱਗੇ ਦੇਖ ਰਹੇ ਸੀ ਤੇ ਨਾ ਹੀ ਪਿੱਛੇ, ਬਲਕਿ ਆਪਣੇ ਸਟੰਟ ਕਰਨ ਦੇ ਵਿੱਚ ਰੁੱਝੇ ਹੋਏ ਸਨ। ਤਾਂ ਕਿਸੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਅਤੇ ਖੁਦ ਇਸ PCR ਇੰਚਾਰਜ ਨੂੰ ਵੀ ਭੇਜੀ ਗਈ, ਜਿਨ੍ਹਾਂ ਨੇ ਘਰ ਜਾ ਕੇ ਇਹਨਾਂ ਮੁੰਡਿਆਂ ਨੂੰ ਚਲਾਉਣ ਦਾ ਵੱਡਾ ਸਾਰਾ ਗਿਫਟ ਦਿੱਤਾ ਹੈ। ਦੱਸ ਦਈਏ ਕਿ ਇਹ ਉਹੀ ਧਾਕੜ PCR ਇੰਚਾਰਜ ਨੇ ਜੋ ਅਕਸਰ ਹੀ ਅਜਿਹੇ ਸਟੰਟ ਬਾਜ਼ਾਂ ਨੂੰ ਸਬਕ ਸਿਖਾਉਂਦੇ ਨੇ। ਹੁਣ ਇਹ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਮੁੰਡਿਆਂ ਦੇ ਵੱਲੋਂ ਬਾਈਕ ਦੇ ਉੱਤੇ ਸਟੰਟ ਕੀਤਾ ਜਾ ਰਿਹਾ ਸੀ। ਵੀਡੀਓ ਦੇ ਵਿੱਚ ਵੀ ਨਜ਼ਰ ਆਇਆ ਹੈ ਕਿ ਮੁੰਡਾ ਜੋ ਕਿ ਇੱਕ ਬਾਈਕ ਚਲਾ ਰਿਹਾ ਹੈ ਤਾਂ ਦੂਸਰਾ ਪਿੱਛੇ ਬਾਈਕ ਤੇ ਖੜਾ ਹੈ, ਖੜਾ ਹੋ ਕੇ ਸਟੰਟ ਕਰ ਰਿਹਾ ਹੈ ਤੇ ਪਿੱਛੇ ਟ੍ਰੈਫਿਕ ਹੈ, ਅੱਗੇ ਵੀ ਗੱਡੀਆਂ ਚੱਲ ਰਹੀਆਂ ਹੈ। ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੀ ਵੀ ਜਾਨ ਜੋਖਮ ਚ ਪਾਈ ਤੇ ਦੂਜਿਆਂ ਦੀ ਜਾਨ ਵੀ ਜੋਖਮ ਚ ਪਾ ਰਿਹਾ ਹੈ, ਜਿਵੇਂ ਇਹਨਾਂ ਦੇ ਵੱਲੋਂ ਸਟੰਟ ਕੀਤਾ ਗਿਆ ਤੇ ਇਸ ਦੀ ਵੀਡੀਓ ਵੀ ਰਾਹਗੀਰਾਂ ਦੇ ਵੱਲੋਂ ਬਣਾਈ ਗਈ ਤੇ ਫਿਰ ਇਸ PCR ਇੰਚਾਰਜ ਤੱਕ ਪਹੁੰਚਾਈ ਗਈ। PCR ਇੰਚਾਰਜ ਸੁਭਾਸ਼ ਭਗਤ ਦੇ ਵੱਲੋਂ ਤੁਰੰਤ ਹੀ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਅਤੇ ਫਿਰ ਅਗਲੇ ਦਿਨ ਇਹਨਾਂ ਦੇ ਘਰ ਜਾ ਕੇ ਮੋਟਾ ਚਲਾਨ ਕੱਟਿਆ ਗਿਆ। ਨਾਲ ਹੀ ਉਹਨਾਂ ਨੇ ਹਿਦਾਇਤ ਵੀ ਕੀਤੀ ਹੈ ਕਿ ਹੋਰ ਵੀ ਜੋ ਲੜਕੇ ਨੇ ਇਸ ਤਰ੍ਹਾਂ ਦੇ ਸਟੰਟ ਕਰਦੇ ਨੇ, ਆਪਣੀ ਜਾਨ ਜੋਖਮ ਚ ਪਾਉਂਦੇ ਨੇ, ਦੂਜਿਆਂ ਦੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ, ਤਾਂ ਉਹਨਾਂ ਨੂੰ ਉਹ ਅਪੀਲ ਕਰਦੇ ਨੇ ਕਿ ਅਜਿਹਾ ਨਾ ਕਰਨ। ਇੱਥੋਂ ਤੱਕ ਕਿ ਇਹਨਾਂ ਮੁੰਡਿਆਂ ਨੂੰ ਵੀ ਉਹਨਾਂ ਨੇ ਖੂਬ ਝਾੜ ਲਗਾਈ ਤੇ ਨਾਲ ਹੀ ਉਹਨਾਂ ਦੇ ਕੰਨੀ ਹੱਥ ਵੀ ਲਵਾਏ। ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੀ ਅਜਿਹੀ ਵੀਡੀਓ ਉਹਨਾਂ ਦੇ ਮਾਪਿਆਂ ਤੱਕ ਵੀ ਪਹੁੰਚਾਈ ਜਾਏਗੀ, ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ। ਫਿਲਹਾਲ ਇੱਥੇ ਵੀ ਸਟੰਟ ਕਰਨ ਵਾਲੇ ਇਹਨਾਂ ਮੁੰਡਿਆਂ ਨੂੰ ਇਸ ਧਾਕੜ ਅਫਸਰ ਦੇ ਵੱਲੋਂ ਚਲਾਨ ਦੇ ਰੂਪ ਚ ਇੱਕ ਗਿਫਟ ਦਿੱਤਾ ਗਿਆ ਹੈ ਤੇ ਨਾਲ ਹੀ ਉਹਨਾਂ ਨੂੰ ਸਬਕ ਵੀ ਸਿਖਾਇਆ ਗਿਆ ਹੈ। ਬੱਚਿਓ, ਤੁਹਾਨੂੰ ਬਹੁਤ ਸਮਝਾਇਆ ਕਿ ਪੁੱਤ ਸੜਕ ਦੇ ਉੱਪਰ ਇਹ ਜਿਹੀ ਹਰਕਤਾਂ ਨਾ ਕਰੋ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ। ਤੁਸੀਂ ਦੇਖੋ, ਰਾਤ ਦਾ ਹਨੇਰਾ ਸੀਗਾ ਤੇ ਰੋਡ ਦੇ ਉੱਪਰ ਕਿੰਨਾ ਰਸ਼ ਸੀ। ਤੁਸੀਂ ਇੱਕ ਜਣਾ ਮੋਟਰਸਾਈਕਲ ਚਲਾ ਰਹੇ ਹੋ, ਦੂਜਾ ਬੱਚਾ ਜਿਹੜਾ ਮੋਟਰਸਾਈਕਲ ਦੇ ਪਿੱਛੇ ਖੜਾ, ਔਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਪਿੱਛੇ ਕੌਣ ਆ ਰਿਹਾ। ਮੈਂ ਤੁਹਾਡੇ ਮਾਧਿਅਮ ਨੂੰ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਦੇ ਵਿੱਚ 25 to 30 ਜਾਂ 35 ਲੋਕ ਆ ਜਿਹੜੇ ਸਾਨੂੰ ਇਹ ਜਿਹੀਆਂ ਵੀਡੀਓ ਸੈਂਡ ਕਰਦੇ ਆ। ਪਲੀਜ਼ ਇਹ ਜਿਹੇ ਕੰਮ ਨਾ ਕਰੋ। ਅਗਰ ਤੂੰ ਮਾੜਾ ਜਿਹਾ ਵੀ ਡਿਸਬੈਲੈਂਸ ਹੋ ਜਾਵੇ, ਤੂੰ ਗਿਰ ਜਾਵੇਂ, ਪਿੱਛੋਂ ਗੱਡੀਆਂ ਆ ਰਹੀਆਂ, ਉੱਪਰ ਦੀ ਪੁੱਤ ਲੰਘ ਜੇ, ਕੋਈ ਸੱਟ ਪੇਟ ਲੱਗ ਜੇ, ਕੌਣ ਜ਼ਿੰਮੇਵਾਰ ਹੈ? ਜੇ ਤੂੰ ਕਿੱਡਾ ਸੋਹਣਾ ਬੱਚਾ ਅਤੇ ਕਿੱਡਾ ਪਿਆਰਾ ਬੱਚਾ, ਆਪਣੇ ਪੇਰੈਂਟਸ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਪਾਲਿਆ। ਹੁਣ ਤੇਰੇ ਪੇਰੈਂਟਸ ਨੂੰ ਇਹ ਵੀਡੀਓ ਦਿਖਾਈਏ ਤਾਂ ਪੇਰੈਂਟਸ ਨੂੰ ਪਤਾ ਲੱਗੂਗਾ ਕਿ ਸਾਡੇ ਬੱਚੇ ਕੀ ਗਲਤੀਆਂ ਕਰਦੇ ਆ। ਅੱਗੇ ਤੋਂ ਇਹ ਜੀ ਗਲਤੀ ਨਹੀਂ ਕਰਨੀ। ਇਹ ਤੁਹਾਡਾ ਗਿਫਟ ਜਿਹੜਾ ਇਹ ਤਿਆਰ ਕਰ ਲਿਆ, ਇਹ ਤੁਹਾਨੂੰ ਦੇ ਦਿੱਤਾ, ਅੱਗੇ ਤੋਂ ਕਰੋਗੇ ਤਾਂ ਬੋਲੋ, ਲਾਓ ਕੰਨਾਂ ਨੂੰ ਹੱਥ, ਉੱਚੀ ਬੋਲੋ, ਆਪਣੇ ਨਾਲ ਜਾ ਕੇ ਦੋਸਤਾਂ ਨੂੰ ਵੀ ਸਮਝਾਉਣਾ ਕਿ ਇਹੋ ਜਿਹਾ ਜਿਹੜਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਤੁਹਾਡੀ ਆਪਣੀ ਜਾਨ ਖਤਰੇ 'ਚ ਪੈਂਦੀ ਹੈ। ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੱਛੇ ਕੌਣ ਆ ਰਹੇ ਸੀ। ਤੁਹਾਡੇ ਪਿੱਛੇ ਸਾਡੇ ਆਪਣੇ ਬੱਚੇ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦੇ ਆ, ਉਹਨਾਂ ਨੇ ਵੀਡੀਓ ਪਾਈ ਤੁਹਾਡੇ ਅਸਿਸਟੈਂਟ ਜਿਹੜਾ ਕੀਤਾ ਤੁਸੀਂ, ਇੱਕ ਮਿੰਟ ਬਾਅਦ ਮੈਨੂੰ ਵੀਡੀਓ ਆ ਗਈ ਉਹਦੀ, ਤਾਂ ਤੈਨੂੰ ਅਗਲੇ ਦਿਨ ਆਪਾਂ ਫੜਦੇ ਆ, ਅੱਗੇ ਤੋਂ ਇੱਦਾਂ ਨਹੀਂ ਕਰਨਾ। ਓਕੇ, ਮੈਂ ਤੁਹਾਡੇ ਮਾਧਿਅਮ ਪਲੀਜ਼ ਸਾਰੇ ਬੱਚਿਆਂ ਨੂੰ ਹੰਬਲ ਰਿਕੁਐਸਟ ਕਰਨੀ ਚਾਹੁੰਦਾ ਕਿ ਪਲੀਜ਼ ਇਹੋ ਜਿਹੀ ਹਰਕਤ ਨਾ ਕਰੋ ਬੱਚਿਓ ਜਿਹਦੇ ਨਾਲ ਤੁਹਾਡਾ ਜੀਵਨ ਖਤਰੇ ਵਿੱਚ ਪਵੇ। ਉਹ ਸਕੂਟਰ ਦੀ ਹੈ ਤਾਂ 2 ਛੋਟੀਆਂ ਕਿੱਲੀਆਂ ਹੀ ਆ ਨਾ, ਅਗਰ ਉਹ ਟੁੱਟ ਜਾਵੇ ਜਾਂ ਬੰਦਾ ਡਿਸਬੈਲੈਂਸ ਹੋ ਜਾਵੇ ਤਾਂ ਸੱਟ ਲੱਗ ਜੂ, ਸੜਕ ਦੇ ਵਿੱਚ ਡਿੱਗੂ, ਪਿਛਲੀ ਗੱਡੀ ਆ ਕੇ ਉੱਪਰ ਦੀ ਹਿੱਟ ਕਰ ਜੂਗੀ।
ਪਲੀਜ਼ ਰਿਕੁਐਸਟ ਹੈ ਇਹੋ ਜਿਹੇ ਕੰਮ ਨਾ ਕਰੋ। ਥੈਂਕ ਯੂ।